ਜਰਮਨੀ ਦੇ ਵਿੱਚ ਜੇ ਆਪਾਂ ਆਪਣਾ ਘਰ ਲੈਣਾ ਹੋਵੇ ਤੇ ਸਾਡਾ ਸਭ ਤੋਂ ਪਹਿਲਾ ਸਟੈਪ ਕੀ ਹੋਣਾ ਚਾਹੀਦਾ ਆ ਇਸ ਉੱਪਰ ਆਪਾਂ ਆਲਰੇਡੀ ਤਿੰਨ ਵੀਡੀਓਜ਼ ਜਿਹੜੀਆਂ ਬਣਾ ਚੁੱਕੇ ਆ ਤੇ ਆਪਜੀ ਭੈਣ ਪਰੋਣ ਨਾਲ ਸਾਂਝੀ ਕਰ ਚੁੱਕੀਆਂ ਪੂਰੀਆਂ ਵੀਡੀਓਜ਼ YouTube ਤੇ ਹੈਗੀਆਂ ਨੇ ਤੇ ਅੱਜ ਆਪਾਂ ਚੌਥੀ ਵੀਡੀਓ ਬਣਾਉਣ ਜਾ ਰਹੇ ਆ ਠੀਕ ਹੈ ਜੀ ਇਸ ਵਿੱਚ ਆਪਾਂ ਜਿਹੜਾ ਆ ਗੱਲਬਾਤ ਕਰਾਂਗੇ ਕਿ ਬੌਸ਼ ਪਾਫ ਇਤਰਾਕ ਜਿਹੜਾ ਆ ਆਪਾਂ ਕਿੱਥੇ ਜਾ ਕੇ ਖੁਲਵਾਉਣਾ ਆ ਇਹਦਾ ਕਿੰਨਾ ਖਰਚਾ ਆ ਇਹਦਾ ਕੀ ਫਾਇਦਾ ਆ ਤੇ ਕੁਝ ਭੈਣ ਭਰਾਵਾਂ ਨੇ ਕਮੈਂਟ ਕੀਤੇ ਸੀ ਕਿ ਜੇ ਆਪਾਂ ਮੰਨ ਲਓ ਬੌਕਸਪਾਸ ਇਤਰਾ ਖੁਲਵਾਇਆ ਆ ਆਪਾਂ ਪੈਸੇ ਜਮ੍ਹਾਂ ਕੀਤੇ ਆ ਤੇ ਕਿਸੇ وجہ ਕਰਕੇ ਆਪਾਂ ਘਰ ਨਹੀਂ ਲੈ ਸਕਦੇ ਜਾਂ ਘਰ ਨਹੀਂ ਬਣਾ ਸਕਦੇ ਤੇ ਕੀ ਆਪਾਂ ਆਪਣੇ ਪੈਸੇ ਕਢਵਾ ਸਕਦੇ ਆ ਇੱਕ ਵੀਰ ਦਾ ਵੀ ਕਮੈਂਟ ਆਇਆ ਸੀ ਕਿ ਭਾਜੀ ਅਕਸਰ ਜਦੋਂ ਆਪਾਂ ਕਾਰ ਲੈਣਾ ਹੋਵੇ ਤੇ ਸਾਨੂੰ ਪ੍ਰੇਫਰ ਕੀਤਾ ਜਾਂਦਾ ਆ ਇੱਕ ਕਿ ਆਪਾਂ ਇਹ ਬੀ ਯੂ ਜਾਨੀ ਕਿ ਬੀਰੂਫਸ ਉਨ ਫੇਸ਼ ਦਾ ਫਿਜੀ ਸ਼ਰੂਗ ਜੜਾਇਆ ਉਹ ਨਾਲ ਕਰ ਲਈਏ ਤਾਂ ਜੋ ਰੱਬ ਨਾ ਕਰੇ ਸਾਨੂੰ ਕੋਈ ਹਬੀ ਨਵੀ ਹੋ ਜਾਵੇ ਤੇ ਸਾਡਾ ਕ੍ਰੈਡਿਟ ਜਿਹੜਾ ਆ ਆਪਾਂ ਕਰ ਲਿਆ ਆ ਉਹ ਬਾਕੀ ਦੀ ਰਕਮ ਜਿਹੜਾ ਉਹ ਇੰਸ਼ੋਰੈਂਸ ਜਿਹੜੀ ਪੇ ਕਰਦੀ ਆ ਸੋ ਇਸ ਬਾਰੇ ਵੀ ਗੱਲਬਾਤ ਕਰਦੇ ਆ ਵੀਡੀਓ ਕਾਫੀ ਲੰਮੀ ਹੋ ਜਾਣੀ ਆ ਇਸ ਕਰਕੇ ਪੂਰੀ ਵੀਡੀਓ ਤੁਹਾਨੂੰ YouTube ਤੇ ਮਿਲੇਗੀ YouTube ਤੇ ਜਾ ਕੇ ਲਿਖੋ ਆਪਣਾ ਕਾਰ Part 4 Love Singh and ਤੁਹਾਨੂੰ ਪੂਰੀ ਵੀਡੀਓ ਉੱਥੇ ਮਿਲ ਜਾਏਗੀ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਜੋ ਜਿਆਦਾ ਜਿਆਦਾ ਭੈਣ ਭਰਾਵਾਂ ਤੱਕ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਸਾਡੀਆਂ ਵੀਡੀਓਜ਼ ਜਿਹੜੀਆਂ ਨੇ ਤੁਹਾਡੇ ਕੋਲ ਮਿਸ ਨਾ ਹੋਣ ਠੀਕ ਹੈ ਜੀ ਇੱਕ ਗੱਲ ਆਪਾਂ ਹੋਰ ਕਲੀਅਰ ਕਰ ਦਈਏ ਇਸ ਵਿੱਚ ਕਿ ਜਿਵੇਂ ਕਿ ਪਹਿਲਾਂ ਕਈ ਭੈਣ ਭਰਾਵਾਂ ਨੇ ਜਰਮਨੀ ਦੇ ਵਿੱਚ ਘਰ ਲਏ ਆ ਤੇ ਜਿਨ੍ਹਾਂ ਦੀ 10 ਸਾਲ ਦੀ ਜਾਂ 15 ਸਾਲ ਦੀ ਸੈਂਸ ਬਿੰਡੂng ਸੀ ਤੇ ਜਿਨ੍ਹਾਂ ਦੀ ਸੈਂਸ ਬਿੰਡੂng ਖਤਮ ਹੋ ਗਈ ਆ ਜਾਂ ਹੁਣ ਤੇ ਆਈ ਆ ਤੇ ਜਿਵੇਂ ਕਿ ਹੁਣ ਇਨਫਲੇਸ਼ਨ ਆਈ ਆ ਜਰਮਨੀ ਦੇ ਵਿੱਚ ਬੈਂਕਾਂ ਨੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਠੀਕ ਹੈ ਜੀ ਤੇ ਉਹਨਾਂ ਦੀ ਫਿਰ ਜਿਹੜੀ ਕਿਸ਼ਤ ਆ ਉਹ ਕਿਸੇ ਦੀ 20 ਜਾਂ 30 ਜਾਂ 35% ਤੱਕ ਵਧ ਗਈ ਆ ਤੇ ਫਿਰ ਉਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਆ ਠੀਕ ਹੈ ਜੀ ਸੋ ਆਪਾਂ ਨਹੀਂ ਚਾਹਦੇ ਕਿ ਸਾਨੂੰ ਵੀ ਇਨ ਫਿਊਚਰ ਜੇ ਆਪਾਂ ਆਪਣਾ ਘਰ ਲਈਏ ਤੇ ਇਸ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਇਸ ਕਰਕੇ ਜੇ ਆਪਾਂ ਜਰਮਨੀ ਦੇ ਵਿੱਚ ਆਪਣਾ ਘਰ ਲੈਣ ਦੀ ਪਲੈਨਿੰਗ ਕਰ ਰਹੇ ਆ ਤੇ ਸਾਡਾ ਸਭ ਤੋਂ ਪਹਿਲਾ ਸਟੈਪ ਇਹ ਹੋਣਾ ਚਾਹੀਦਾ ਆ ਕਿ ਆਪਾਂ ਜਿਹੜਾ ਆ ਆਪਣੇ ਨਾਮ ਤੇ ਬੌਸ਼ ਪਾਫ ਇਤਰਾਕ ਕਰੀਏ ਠੀਕ ਹੈ ਜੀ ਬੌਸ਼ ਪਾਫ ਇਤਰਾਕ ਕਰਨਾ ਕਿੱਥੇ ਆ ਜੇ ਤੁਸੀਂ ਸ਼ਪਾਰਕਾਸੇ ਦੇ ਕੁੰਡਿਓ ਸ਼ਪਾਰਕਾਸਾ ਤੁਹਾਡਾ ਬੈਂਕ ਆ ਤੁਸੀਂ ਉਹਨਾਂ ਕੋਲ ਜਾ ਕੇ ਸਕਦੇ ਹੋ ਜਾਂ ਫਿਰ ਤੁਸੀਂ ਸਿੱਧਾ ਹੀ ਆਪਣੇ ਸ਼ਹਿਰ ਵਿੱਚ ਸਰਚ ਕਰ ਸਕਦੇ ਹੋ Google ਤੇ LBS ਵਾਲੇ ਜਿਹੜੇ ਆ ਉਹੀ ਜਿਹੜਾ ਸ਼ਪਾਰਕਾਸੇ ਨਾਲ ਮਿਲ ਕੇ ਜਿਹੜਾ ਬੌਸ਼ਪਾਸ ਇਤਰਾਕ ਕਰਦੇ ਆ ਤੁਸੀਂ ਸਿੱਧਾ ਜਾ ਕੇ ਉਹਨਾਂ ਕੋਲ ਵੀ ਬੌਸ਼ਪਾਸ ਇਤਰਾਕ ਆਪਣਾ ਕਰ ਸਕਦੇ ਹੋ ਠੀਕ ਹੈ ਜੀ ਦੂਜੇ ਨੰਬਰ ਤੇ ਮੈਂ ਪ੍ਰੇਫਰ ਕਰਾਂਗਾ ਸ਼ਵੇਬਿ ਸ਼ਹਾਲ ਜਿਹੜਾ ਕਿ ਫੌਲਸ ਬੈਂਕ ਦੇ ਨਾਲ ਕਨੈਕਟਡ ਆ ਜੇ ਤੁਸੀਂ ਮਤਲਬ ਤੁਹਾਡਾ ਬੈਂਕ ਫੌਲਸ ਬੈਂਕ ਆ ਠੀਕ ਹੈ ਜੀ ਤੁਸੀਂ ਉਹਨਾਂ ਕੋਲ ਸਿੱਧਾ ਜਾ ਕੇ ਵੀ ਆਪਣਾ ਇਹ ਬੋਸਪਾਫ ਇਤਰਾ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਆ ਸ਼ਵੇਬਿਸ਼ ਹਾਲ Google 'ਚ ਸਰਚ ਕਰ ਸਕਦੇ ਹੋ ਤੁਹਾਨੂੰ ਕਿਤੇ ਉਹਨਾਂ ਦੀ ਬ੍ਰਾਂਚ ਮਿਲ ਜੇਗੀ ਆਪਣੇ ਸ਼ਹਿਰ ਦੇ ਵਿੱਚ ਲੱਗੇ ਤੁਸੀਂ ਉਹਨਾਂ ਕੋਲ ਸਿੱਧਾ ਜਾ ਕੇ ਵੀ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਹੋਰ ਵੀ ਬਹੁਤ ਸਾਰੇ ਹੈਗੇ ਆ ਜਿਵੇਂ ਸਿਗਨਲ ਇਦੂਨਾ ਵਾਲੇ ਹੈਗੇ ਆ ਗੁਸਤਨ ਰੋਡ ਵਾਲੇ ਹੈਗੇ ਆ ਠੀਕ ਹੈ ਜੀ ਬੀਕੇਐਮ ਵਾਲੇ ਹੈਗੇ ਆ ਠੀਕ ਹੈ ਜੀ ਪਰ ਮੈਂ ਤੁਹਾਨੂੰ ਪ੍ਰੇਫਰ ਕਰਾਂਗਾ ਜਾਂ ਸ਼ਵੇਬਿਸ਼ ਹਾਲ ਜਿਹੜਾ ਫੋਲਕਸ ਬੈਂਕ ਦੇ ਨਾਲ ਕਰਦਾ ਆ ਜਾਂ ਫਿਰ ਐਲਬੀਐਸ ਵਾਲੇ ਜਿਹੜੇ ਸ਼ਪਾਰਕਾਸ ਨਾਲ ਕਰਦੇ ਆ ਠੀਕ ਹੈ ਜੀ ਸੋ ਤੇ ਇਹਦਾ ਖਰਚਾ ਕਿੰਨਾ ਆ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰ ਲੈਣੇ ਆ ਇਹਨਾਂ ਨੇ ਲੈਣਾ ਹੁੰਦਾ ਆ ਪਾਉਸ਼ਾਲ ਯਾਨੀ ਕਿ ਠੇਕੇ ਵੱਜੋਂ 1.6% ਠੀਕ ਹੈ ਜੀ ਮੰਨ ਲਓ ਕਿ ਆਪਾਂ 1 ਲੱਖ ਦਾ ਖੁਲਵਾਇਆ ਆ ਬੌਸ਼ਪਾ ਫਿਤਰਾ ਠੀਕ ਹੈ ਜੀ 1 ਲੱਖ ਵਿੱਚੋਂ ਹੁਣ 1600 ਯੂਰੋ ਬਣ ਗਿਆ ਠੀਕ ਹੈ ਜੀ ਟੋਟਲ ਅਮਾਉਂਟ ਜਿਹੜਾ ਇਹਨਾਂ ਨੇ ਸਾਡੇ ਉਹਦੇ ਵਿੱਚੋਂ ਕੱਟਣਾ ਹੈ ਸਾਡੇ ਕੋਲ ਉਹ ਨਹੀਂ ਲੈਣਾ ਜਾਂ ਆਪਾਂ ਇਹਨਾਂ ਨੂੰ ਐਕਸਟਰਾ ਕਿਤੇ ਪੇ ਨਹੀਂ ਕਰਨਾ ਜਿਹੜੀ ਆਪਾਂ ਸੇਵ ਕਰਨੀ ਆ ਰਕਮ ਉਹਦੇ ਵਿੱਚੋਂ ਇਹਨਾਂ ਨੇ ਸਾਲਾਨਾ ਕੱਟ ਲਿਆ ਕਰਨਾ ਉਹ ਜਿਹੜਾ 1600 ਯੂਰੋ ਹੈ 101.6% ਉਹ ਇਕੱਠਾ ਵੀ ਨਹੀਂ ਕੱਟਣਾ ਇਹਨਾਂ ਨੇ ਠੀਕ ਹੈ ਜੀ 5 ਸਾਲ ਵਿੱਚ ਇਹਨਾਂ ਨੇ ਵੰਡ ਕੇ ਕੱਟਣਾ ਆ ਤੇ ਉਸ ਤੋਂ ਬਾਅਦ ਜੇ ਤੁਸੀਂ 5 ਸਾਲ ਵੀ ਹਜੇ ਕੋਈ ਘਰ ਨਹੀਂ ਲਿਆ ਪਲੈਨਿੰਗ ਨਹੀਂ ਕੀਤੀ ਤੇ ਉਸ ਤੋਂ ਬਾਅਦ ਕੁਝ ਨਹੀਂ ਇਹਨਾਂ ਨੇ ਪੈਸੇ ਲੈਣੇ ਤੁਹਾਡੇ ਕੋਲੋਂ ਤੁਹਾਡਾ ਜਿਹੜਾ ਅਕਾਊਂਟ ਚੱਲਦਾ ਪ ਆ ਰੀਆਂ ਨੇ ਸਟਾਰਟ ਲਈ ਸੂਲ ਆ ਕੇ ਹੋਈ ਜਾਨ ਜਿਵੇਂ ਕਿ ਹੁਣ ਮੈਂ ਆਪਣੇ ਨਾਂ ਤੇ ਖੁਲਵਾਇਆ ਆ ਠੀਕ ਹੈ ਜੀ ਤੇ ਮੈਨੂੰ ਜਿਹੜਾ ਮਿਲਦੇ ਆਇਆ ਸਰਕਾਰ ਵੱਲੋਂ 175 ਯੂਰੋ ਠੀਕ ਹੈ ਜੀ ਸਾਲ ਦੇ ਤੇ ਮੇਰੇ ਤਿੰਨ ਬੱਚੇ ਆ ਤੇ ਤਿੰਨਾਂ ਦਾ 3300 ਯੂਰੋ ਸਰਕਾਰ ਦੇ ਰਹੀ ਆ ਮੇਰੇ ਅਕਾਊਂਟ ਦੇ ਵਿੱਚ ਜਾਨੀ ਕਿ ਟੋਟਲ ਹੋ ਗਿਆ 1075 ਯੂਰੋ ਜਿਹੜਾ ਸਾਲ ਦਾ ਸਰਕਾਰ ਮੇਰੇ ਉਹ ਬੌਸ਼ਪਾ ਜਿਹੜਾ ਕਾਉਂਟੋ ਆ ਉਹਦੇ ਵਿੱਚੋਂ ਪੇ ਕਰ ਰਹੀ ਆ ਠੀਕ ਹੈ ਜੀ ਹੁਣ ਦੇ ਵਿੱਚੋਂ ਜੇ ਹੁਣ ਏ ਬਾਸ਼ਪਾਫਰਟ੍ਰਾਗ ਵਾਲੇ ਆਪਣਾ ਖਰਚਾ ਘੱਟ ਲੈਂਦੇ ਆ 1600 ਯੂਰੋ ਲੱਖ ਦੇ ਹਿਸਾਬ ਨਾਲ ਚੱਲੀਏ 1600 ਯੂਰੋ ਦੇ ਵਿੱਚੋਂ ਆਪਾਂ ਜਿਹਨ ਡਿਵਾਈਡ ਕਰੀਏ 5 ਸਾਲ ਦੇ ਵਿੱਚ ਤੇ 320 ਯੂਰੋ ਸਾਲ ਦਾ ਉਹਨਾਂ ਨੇ ਆਪਣਾ ਕੱਟਿਆ ਠੀਕ ਆ ਜੀ ਤਾਂ ਵੀ ਕੋਸ਼ਣਾ ਕੁਝ ਪੈਸੇ ਸਾਡੇ ਜਿਹੜੇ ਸਰਕਾਰ ਵੱਲੋਂ ਮਿਲਨੇ ਨੇ ਉਹੀ ਸਾਡੇ ਫਾਇਦੇ 'ਚ ਰਹਿਣਾ ਪਹਿਲੀ ਗੱਲ ਤੇ ਆਪਾਂ ਉਸ ਤੋਂ ਇਲਾਵਾ ਆਪਾਂ ਜਿਹੜਾ ਮੰਥਲੀ ਇਹਦੇ ਚ ਪਾਣੇ ਹੁੰਦੇ ਨੇ ਘੱਟੋ-ਘੱਟ 30 ਯੂਰੋ ਪਾਣੇ ਹੁੰਦੇ ਨੇ ਠੀਕ ਹੈ ਜੀ ਬਾਕੀ ਜੀ ਆਪਾਂ ਹੁਣ ਇਹ account ਖਲਵਾਇਆ ਤੇ ਆਪਾਂ ਦੀ ਕੋਸ਼ਿਸ਼ ਇਹ ਹੀ ਰਹੇਗੀ ਕਿ ਆਪਾਂ ਜਿਆਦਾ ਤੋਂ ਜਿਆਦਾ ਸੇਵਿੰਗ ਕਰੀਏ ਇਹਦੇ ਵਿੱਚ ਠੀਕ ਹੈ ਜੀ ਤਾਂ ਜੋ ਜੜਾ ਜਤ ਸਾਡੇ ਪੈਸੇ ਜਿਆਦਾ ਜਿਆਦਾ ਅਮਾਉਂਟ ਵਿੱਚ ਇਕੱਠਾ ਹੋ ਸਕੇ ਤੇ ਮੰਥਲੀ ਘੱਟੋ-ਘੱਟ 30 ਯੂਰੋ ਚ ਪਾਣੇ ਹੁੰਦੇ ਆ ਠੀਕ ਹੈ ਜੀ ਹੁਣ ਜਿਹੜੇ ਭੈਣ ਭਰਾ ਨੇ ਇਹ ਲਿਖਦੇ ਸੀ ਕਿ ਜੇ ਆਪਾਂ ਘਰ ਨਹੀਂ ਲੈ ਸਕਦੇ ਤੇ ਕੀ ਆਪਾਂ ਇਹ ਪੈਸੇ ਕਢਵਾ ਸਕਦੇ ਆ ਉਹਦੇ ਵਾਸਤੇ ਹੁਣ ਮੈਂ ਕਹਿਣ ਲੱਗਾ ਕਿ ਆਪਾਂ ਇਦਾਂ ਕਰੀਏ ਆਪਕਾ ਇੱਕ ਖਲਵਾ ਲਈਏ ਆਪਣੇ ਨਾਮ ਤੇ ਠੀਕ ਹੈ ਜੀ ਇੱਕ ਆਪਾਂ ਖਲਵਾ ਲਈਏ ਆਪਣੀ ਵਾਈਫ ਦੇ ਨਾਮ ਤੇ ਜਿਦੇ ਵਿੱਚ ਆਪਾਂ ਚਾਹਨੇ ਆ ਕਿ ਆਪਾਂ ਨੂੰ ਪੈਸੇ ਕਢਵਾ ਸਕੀ ਜਦੋਂ ਮਰਜੀ ਉਹ ਆਪਾਂ ਖਲਾਨਾ ਆ ਬੌਸ਼ਪਾ ਫਿਤਰਾਕ ਫਲੈਕਸੀਬਲ ਠੀਕ ਹੈ ਜੀ ਉਹਦੇ ਤੇ 2.5 ਮਹੀਨੇ ਲੱਗਦੇ ਆ ਜਾਨੀ ਕਿ ਬਾਰ ਬਾਰ ਟੂਕ ਸਾਈਟ ਤੇ ਤੁਹਾਡੇ ਜਿਹੜੇ ਪੈਸੇ ਜ ਮੰਨ ਲਓ ਇਨ ਫਿਊਚਰ ਤੁਸੀਂ ਘਰ ਲੈਣਾ ਸੀ ਕੋਈ ਪ੍ਰੋਬਲਮ ਆ ਗਈ ਤੁਸੀਂ ਨਹੀਂ ਲੈ ਸਕੇ ਤੁਹਾਨੂੰ ਪੈਸੇ ਚਾਹੀਦੇ ਨੇ ਤੁਸੀਂ ਉਹਦੇ ਚ ਸਗਾ ਜਿਆਦਾ ਪੈਸੇ ਜਮਾ ਕਰ ਸਕਦੇ ਹੋ ਗਿਣਿਆ ਉਹ ਵੀ ਬੌਸ਼ ਪਾਫ ਇਤਰਾਜ ਚ ਜਾਣਾ ਆ ਪਰ ਉਹਦੇ ਚ ਸਟਾਰਟਲੀ ਸਹੂਲ ਆ ਗਏ ਜਿਹੜੀਆਂ ਨੇ ਉਹ ਨਹੀਂ ਆਣੀਆਂ ਉਹ ਤੁਹਾਡੀਆਂ ਜਿਹੜੀਆਂ ਮੰਨ ਲਓ ਕਿ ਮੈਂ ਆਪਣੇ ਨਾਂ ਤੇ ਨਾਰਮਲ ਖਲਾਇਆ ਹੋਇਆ ਆ ਉਹਦੇ ਚ ਮੈਂ ਘੱਟੋ ਘੱਟ 30 ਯੂਰੋ ਮੰਥਲੀ ਪਾਣੇ ਆ ਬਾਕੀ ਮੈਂ 50 ਵੀ ਪਾ ਸਕਦਾ 100 ਵੀ ਪਾ ਸਕਦਾ ਉਹਦੇ ਵਿੱਚ ਤਾਂ ਜੋ ਮੇਰੇ ਬੱਚਿਆਂ ਦੇ ਸਾਲਾਨਾ ਪੈਸੇ ਉਹਦੇ ਚ ਆਉਂਦੇ ਰਹਿਣ ਠੀਕ ਹੈ ਜੀ ਤੇ ਉਹਦੇ ਵਿੱਚੋਂ ਆਪਣਾ ਖਰਚਾ ਕੱਟਣਗੇ 1.6% ਠੀਕ ਹੈ ਜੀ 1 ਲੱਖ ਦਾ ਮੈਂ ਖਿលਵਾ ਲਿਆ ਜਾਂ 1.5 ਲੱਖ ਦਾ ਖਿਲਾ ਲਿਆ ਜਾਂ 2 ਲੱਖ ਦਾ ਖਿਲਾ ਲਿਆ ਉਹਦੇ ਹਿਸਾਬ ਨਾਲ ਤੇ ਉਹਦੇ ਵਿੱਚ ਮੈਂ ਮੰਥਲੀ 30 ਯੂਰੋ ਪਾਣਿਆ ਤੇ ਮੇਰੀ ਇਹ ਹੀ ਕੋਸ਼ਿਸ਼ ਰਣੀ ਹੈ ਕਿ ਮੈਂ ਉਹਦੇ ਵਿੱਚ ਸਿਰਫ 50 ਯੂਰੋ ਮੰਥਲੀ ਪਾਵਾਂ ਠੀਕ ਹੈ ਜੀ ਤਾਂ ਜੋ ਉਹਦੇ ਵਿੱਚ ਜਿਆਦਾ ਰਕਮ ਮੇਰੇ ਵੱਲੋਂ ਪਾਈ ਨਾ ਗਈ ਹੋਵੇ ਪਰ ਮੇਰਾ ਇੱਕ ਅਕਾਊਂਟ ਖੁੱਲਾ ਹੋਇਆ ਤਾਂ ਕਿ 1.5 ਲੱਖ ਦਾ ਜਿਹੜਾ ਅਕਾਊਂਟ ਮੈਂ ਖੁਲਾਇਆ ਹੋਇਆ ਜਾਂ 1 ਲੱਖ ਦਾ ਖੁਲਾਇਆ ਹੋਇਆ ਜਾਂ 2 ਲੱਖ ਦਾ ਖੁਲਾਇਆ ਹੋਇਆ ਦੂਸਰੇ ਪਾਸੇ ਇੱਕ ਆਪਣਾ ਬਾਸ਼ ਪਾਫ ਇਟਰੈਕ ਫਲੈਕਸੀਬਲ ਖਲਵਾਇਆ ਹੋਇਆ ਹੈ ਆਪਣੀ ਵਾਈਫ ਦੇ ਨਾਂ ਤੇ ਉਹਦੇ ਤੇ ਆਪਾਂ ਜਿੰਨੇ ਚਾਹੇ ਪੈਸੇ ਆਪਾਂ ਮੰਥਲੀ ਜਿੰਨੇ ਸਾਡੇ ਕੋਲ ਸੇਵਿੰਗ ਹੁੰਦੀ ਹੈ 200 400 500 ਆਪਾਂ ਉਹਦੇ ਵਿੱਚ ਜਮ੍ਹਾਂ ਕਰਵਾ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਉਹ ਆਪਾਂ ਉਹ ਵੀ ਆਪਾਂ ਲੱਖ ਦਾ ਜਾਂ 2 ਲੱਖ ਦਾ ਕਹਿ ਸਕਦੇ ਹਾਂ ਜਿੰਨੀ ਆਪਾਂ ਵੱਡਾ ਨੂੰ ਖੁਲਾਵਾਵਾਂਗੇ ਉਨੇ ਹੀ 1.6% ਦੇ ਹਿਸਾਬ ਨਾਲ ਉਹਦਾ ਜਿਹੜਾ ਖਰਚਾ ਆ ਉਹ ਉੱਪਰ ਚੱਲ ਜਾਣਾ ਹੈ ਠੀਕ ਹੈ ਜੀ ਤੇ ਕਟਣਾ ਉਹਨਾਂ ਨੇ ਇਕੱਠਾ ਨਹੀਂ ਹੈਗਾ ਖਰਚਾ ਕਟਣਾ ਉਹਨਾਂ ਨੇ ਉਹ 5 ਸਾਲਾਂ ਚ ਵੰਡ ਕੇ ਸਾਲਾਨਾ ਫਿਰ ਜਿਹੜਾ ਬੰਦਾ ਹੋਇਆ ਉਹ ਸਾਲ ਦਾ ਕਟਿਆ ਕਰਨਾ ਠੀਕ ਹੈ ਜੀ ਕੋਈ ਆਪਾਂ ਐਕਸਟਰਾ ਨਹੀਂ ਉਹਨਾਂ ਨੂੰ ਪੇ ਕਰਨ ਜਾਣਾ ਜਾ ਉਹਨਾਂ ਦੇ ਬੈਂਕ ਚ ਸਾਡੇ ਨਹੀਂ ਕਟਣਾ ਜੋ ਆਪਾਂ ਸੇਵਿੰਗ ਕਰਨੀ ਆ ਜੋ ਆਪਾਂ ਆਪਣੇ ਬੈਂਕ ਚੋਂ ਇਹ ਉਹਦੇ ਚ ਇਵਾ ਵਾਈਜ਼ ਕਰਾਂਗੇ ਉਹਦੇ ਵਿੱਚੋਂ ਜਿਹੜਾ ਵਿੱਚ ਅਮਾਉਂਟ ਇਕੱਠਾ ਹੋਈ ਜਾਣਾ ਉਹਦੇ ਵਿੱਚ ਉਹਨਾਂ ਨੇ ਆਪਣਾ ਖਰਚਾ ਜਿਹੜਾ ਆ 1.6% ਦੇ ਹਿਸਾਬ ਨਾਲ ਕਟਣਾ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਸਾਨੂੰ ਫਾਇਦਾ ਕੀ ਹੋਣਾ ਆ ਮੰਨ ਲਓ ਕਿ ਆਪਾਂ ਹੁਣ ਫਿਊਚਰ ਦੇ ਵਿੱਚ ਆਪਾਂ ਘਰ ਲੈਣਾ ਆ ਜੇ ਉਦੋਂ ਤੱਕ ਸਾਡੇ ਕੋਲ ਸਾਡੇ ਇਹਨਾਂ ਦੋਨਾਂ ਅਕਾਊਂਟਾਂ ਦੇ ਵਿੱਚ 40% ਤੱਕ ਰਕਮ ਜਿਹੜੀ ਸੇਵਿੰਗ ਆਪਾਂ ਕਰ ਲਈ ਹੋਈ ਆ ਮੰਨ ਲਓ ਕਿ ਆਪਾਂ ਨੂੰ 2 ਲੱਖ ਦਾ ਕਿਤੇ ਅਪਾਰਟਮੈਂਟ ਮਿਲਦਾ ਪਿਆ ਘਰ ਮਿਲਦਾ ਪਿਆ ਠੀਕ ਆ ਜੀ ਤੇ 2 ਲੱਖ ਦੇ ਘਰ ਤੱਕ ਜੇ ਆਪਾਂ ਨੂੰ 40% ਰਕਮ ਜੀ ਸਾਨੂੰ ਕਹਿ ਰਹੇ ਨੇ ਤੇ ਫਿਰ 80 ਹਜ਼ਾਰ ਸਾਡੇ ਕੋਲ ਜੀ ਸੇਵਿੰਗ ਹੋ ਚੁੱਕਾ ਆ ਤੇ ਫਿਰ ਬਾਕੀ ਆਪਾਂ ਉਹਨਾਂ ਕੋਲ ਕ੍ਰੈਡਿਟ ਲੈਣਾ ਹੁਣ 1,20,000 ਦਾ ਠੀਕ ਹੈ ਜੀ ਤੇ ਉਹ 1,20,000 ਦੇ ਉੱਪਰ ਸਿਰਫ ਉਹਨਾਂ ਨੇ ਸਾਡੇ ਕੋਲ ਵਿਆਜ ਲੈਣਾ 1.69% ਦੇ ਹਿਸਾਬ ਨਾਲ ਯਾਨੀ ਕਿ 1% 1.7% ਕਰੀ ਆ ਆਪਾਂ ਤੇ ਉਹ ਵਧਣਾ ਵੀ ਨਹੀਂ ਆ ਠੀਕ ਹੈ ਜੀ ਇਹ ਨਹੀਂ ਆ ਕਿ ਇਨਫਲੇਸ਼ਨ ਆ ਗਈ ਕੱਲ ਨੂੰ ਬੈਂਕਾਂ ਨੇ ਵਿਆਜ ਵਧਾ ਦਿੱਤਾ ਤੇ ਉਹ ਵਧ ਜੇਗਾ ਉਹ ਉਨਾ ਹੀ ਰਹਿਣਾ ਆ ਤੇ ਜਾਨੀ ਕਿ ਬਹੁਤ ਹੀ ਸਸਤੀ ਦਰ ਤੇ ਸਾਨੂੰ ਜਿਹੜਾ ਆ ਉਹ ਕ੍ਰੈਡਿਟ ਮਿਲਣਾ ਹੈ ਪਲੱਸ ਨੇਮਡ ਕੋਸਟਿੰਗ ਠੀਕ ਆ ਜੀ ਤੇ ਦੂਸਰੀ ਗੱਲ ਇਹ ਹੋ ਗਈ ਕਿ ਮੰਨ ਲਓ ਕਿ ਆਪਾਂ ਬੌਸ਼ ਪਾਫ ਇਤਰਾਕ ਖੁਲਵਾਇਆ ਠੀਕ ਆ ਜੀ 6 ਮਹੀਨੇ ਹੋ ਗਏ ਜਦ ਸਾਨੂੰ ਖੁਲਵਾਇਆ ਨੂੰ ਸਾਡੇ ਕੋਲ ਹਜੇ ਬੌਸ਼ ਪਾਫ ਇਤਰਾਕ ਦੇ ਵਿੱਚ 4-5000 ਯੂਰੋ ਆਪਾਂ ਇਕੱਠਾ ਕੀਤਾ ਆ ਠੀਕ ਆ ਜੀ ਸੇਵ ਕੀਤਾ ਆ ਤੇ ਸਾਨੂੰ ਘਰ ਮਿਲਦਾ ਪਿਆ ਆ ਤੇ ਸਾਨੂੰ ਘਰ ਪਸੰਦ ਆ ਤੇ ਘਰ 4 ਲੱਖ ਦਾ ਆ ਠੀਕ ਆ ਜੀ ਤੇ ਹੁਣ ਆਪਾਂ ਉਹਨਾਂ ਕੋਲ ਜਾਵਾਂਗੇ ਕਿ ਆਪਾਂ ਇਹ ਕਰ ਲੈਣਾ ਚਾਹੁੰਦੇ ਆ ਸਭ ਤੋਂ ਮੇਨ ਇਚ ਕੰਡੀਸ਼ਨ ਇਹ ਆ ਕਿ ਜੇ ਆਪਾਂ ਦੋ ਖਲਵਾਏ ਆ ਤੇ ਸਾਡੇ ਦੋਵਾਂ ਜੀਆ ਦੇ ਕੋਲ ਜੇ ਆਪਾਂ ਦੋਵੇਂ ਜੀ ਕੰਮ ਕਰਨੇ ਪਿਆ ਤੇ ਸਾਡੇ ਦੋਵਾਂ ਜੀਆ ਦੇ ਕੋਲ ਜਿਹੜਾ ਆ ਖੁੱਲੇ ਵਿਜੇ ਜਾਂ ਨੈਸ਼ਨਲਟੀ ਹੋਣੀ ਚਾਹੀਦੀ ਆ ਜੇ ਇੱਕ ਕੋਲ ਬਿਫਰਿਸਟ ਵੀਜ਼ਾ ਆ ਸਾਲ ਦਾ 2 ਸਾਲ ਦਾ ਤੇ ਫਿਰ ਉਹ ਇਹ ਨਹੀਂ ਗਿਣਦੇ ਠੀਕ ਹੈ ਜੀ ਇਹ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ ਆ ਤੇ ਜਦੋਂ ਆਪਾਂ ਕ੍ਰੈਡਿਟ ਲੈਣਾ ਆ ਉਹਨਾਂ ਨੇ ਸਾਡੇ ਦੋਵਾਂ ਜੀਅਾਂ ਦੀ ਇਨਕਮ ਗਿਣ ਲੈਣੀ ਆ ਪਲੱਸ ਸਾਡੇ ਬੱਚਿਆਂ ਦੇ ਪੈਸੇ ਜਿਹੜੇ ਸਾਨੂੰ ਆਉਂਦੇ ਉਹ ਵੀ ਨਾਲ ਗਿਣਨੇ ਆ ਤੇ ਫਿਰ ਸਾਨੂੰ ਦੱਸਣਗੇ ਕਿ ਆਪਾਂ ਕਿੰਨਾ ਯਾਨੀ ਕਿ ਕ੍ਰੈਡਿਟ ਲੈ ਸਕਦੇ ਆ ਠੀਕ ਹੈ ਜੀ ਮੰਨ ਲਓ ਕਿ ਮੇਰੀ ਇਨਕਮ ਹੈਗੀ ਆ 2700 ਯੂਰੋ ਨੈਟੋ ਠੀਕ ਹੈ ਜੀ ਮੇਰੀ ਵਾਈਫ ਦੀ ਹੈਗੀ ਆ ਕੋਈ 1200 ਨੈਟੋ ਨਾਲ ਬੱਚਿਆਂ ਦੇ ਪੈਸੇ ਆ ਜਾਂਦੇ ਨੇ ਫਿਰ ਆਪਾਂ 4 ਜਾਂ 4.5 ਲੱਖ ਯੂਰੋ ਤੱਕ ਦਾ ਜਿਹੜਾ ਕ੍ਰੈਡਿਟ ਲੈ ਸਕਦੇ ਆ ਘਰ ਲੈ ਸਕਦੇ ਆ ਠੀਕ ਹੈ ਜੀ ਸੋ ਤੇ ਉਹਦੇ ਚ ਕੀ ਹੋਣਾ ਆ ਉਹਨਾਂ ਨੇ ਦੇਖਣਾ ਹੈ ਕਿ ਇਹਨਾਂ ਕੋਲ ਤੇ ਹਜੇ 6 ਮਹੀਨੇ ਪਹਿਲਾਂ ਉਹਨਾਂ ਨੇ ਬੌਸ ਪਾਪੇ ਤਰਾ ਖੁਲਵਾਇਆ ਸੀ ਹਜੇ ਤੱਕ ਤੇ ਇਹਨਾਂ ਕੋਲ 40% ਰਕਮ ਨਹੀਂ ਹੈਗੀ ਉਹਨਾਂ ਨੇ ਫਿਰ ਕੀ ਕਰਨਾ ਆ ਕਿ ਪੂਰੀ ਦੀ ਪੂਰੀ ਰਕਮ ਦਾ ਉਹਨਾਂ ਨੇ ਸਾਨੂੰ ਇੱਕ ਕ੍ਰੈਡਿਟ ਕਰ ਦੇਣਾ ਆ ਠੀਕ ਹੈ ਜੀ ਸਾਡੀ ਇਨਕਮ ਦੇਖ ਕੇ ਠੀਕ ਹੈ ਜੀ ਇਨਕਮ ਸਾਡੀ ਹੋਣੀ ਚਾਹੀਦੀ ਆ ਸਾਡੇ ਕੋਲ ਬੀਜੇ ਵੀ ਖੁੱਲੇ ਹੋਣੇ ਚਾਹੀਦੇ ਆ ਫਿਰ ਉਹਨਾਂ ਨੇ ਕ੍ਰੈਡਿਟ ਕਰ ਦੇਣਾ ਜਿਹਨੂੰ ਆਪਾਂ 100% ਫਾਈਨੈਂਸ਼ੀਅਲ ਰੂਮ ਕਹਿੰਦੇ ਆ ਉਹਦੇ ਵਿੱਚ ਕੀ ਹੋਣਾ ਆ ਕਿ ਜਦੋਂ ਤੱਕ ਆਪਾਂ ਪਹਿਲੀ 40% ਰਕਮ ਨਹੀਂ ਪੇ ਕਰਦੇ ਉਹਨੂੰ ਮੌਜੂਦਾ ਜਿਹੜਾ ਆ ਇੰਟਰਸਟ ਰੇਟ ਪਏਗਾ ਪਰ ਉਹਦੇ ਵਿੱਚ ਵੀ ਇਹ ਨਹੀਂ ਹੋਏਗਾ ਕਿ 10 ਸਾਲ ਬਾਅਦ ਵਾਦ ਗਿਆ ਜਾਂ ਕਿਦਾਂ ਜਿਹੜੀ ਅੱਜ ਤੈਹ ਹੋ ਜਾਣੀ ਆ ਉਹੀ ਪੈਣੀ ਆ ਮੰਨ ਲਓ ਜੇ ਤੁਹਾਨੂੰ ਉਹਦੇ ਵਿੱਚ ਉਹਨਾਂ ਨੇ ਅੱਜ ਤੈਹ ਕਰ ਦਿੱਤਾ ਕਿ ਅੱਜ ਤੁਹਾਨੂੰ ਆਪਾਂ 3.7 ਜਾਂ 3.8% ਦੇ ਹਿਸਾਬ ਨਾਲ ਕਰਜ ਦੇਣ ਲੱਗੇ ਆ ਤੁਸੀਂ 40% ਜਦੋਂ ਤੱਕ ਰਕਮ ਉਹਨਾਂ ਦੀ ਇਹ ਆਦਾ ਨਹੀਂ ਕਰਦੇ ਪੇ ਨਹੀਂ ਕਰਦੇ ਉਦੋਂ ਤੱਕ ਤੁਹਾਨੂੰ ਉਹ 3.8% ਦੇ ਹਿਸਾਬ ਨਾਲ ਪੈਣਾ ਆ ਠੀਕ ਹੈ ਜੀ ਮੰਨ ਲਓ ਜੇ ਆਪਾਂ 4.5 ਲੱਖ ਦਾ ਘਰ ਅੱਜ ਲੈਣ ਲੱਗੇ ਆ ਠੀਕ ਹੈ ਜੀ ਤੇ ਸਾਡੀ ਕਿਸ਼ਤ ਵੱਜ ਰਹੀ ਆ ਕੋਈ 2600 2700 ਯੂਰੋ ਮੰਨ ਕੇ ਚੱਲੀਏ ਆਪਾਂ ਤੇ 3.5 ਜਾਂ 3.8% ਦੇ ਹਿਸਾਬ ਨਾਲ ਤੇ ਜਦੋਂ ਆਪਾਂ 40% ਰਕਮ ਪੇ ਕਰ ਦੇਾਂਗੇ ਆਪਾਂ ਪਹਿਲਾਂ ਵੀ ਪੇ ਕਰ ਸਕਦੇ ਹਾਂ ਜੇ ਸਾਡੇ ਕੋਲ ਸੇਵਿੰਗ ਹੁੰਦੀ ਆ ਆਪਾਂ ਜਿਆਦਾ ਹੱਥ ਘਟ ਕੇ ਚੱਲਦੇ ਆ ਖਰਚਾ ਹਨਾ ਜਿੱਦਾਂ ਆਪਾਂ ਸੇਵਿੰਗ ਕਰਦੇ ਆ ਪੈਂਟਰਾ ਤੇ ਆਪਾਂ ਪਹਿਲਾਂ ਵੀ ਪੈਸੇ ਥੋੜੇ ਬਹੁਤੇ ਜਿਹੜਾ ਉਹ ਚ ਜਮ੍ਹਾਂ ਕਰਾ ਸਕਦੇ ਆ ਉਨੇ ਹੀ ਉਹ ਪੈਸੇ ਕੱਟਦੇ ਜਾਣਗੇ ਜਦੋਂ ਤੁਹਾਡੀ 40% ਰਕਮ ਪੇ ਹੋ ਗਈ ਤੇ 60% ਜਿਹੜੀ ਪਿਛਲੀ ਰਕਮ ਰਹਿ ਜਾਣੀ ਆ ਉਦੋਂ ਤੋਂ ਹੀ ਜਿਹੜੀ ਸਾਡੀ ਕਿਸ਼ਤ ਆਟੋਮੈਟਿਕ ਕੱਟ ਜਾਣੀ ਆ ਕਿਉਂਕਿ ਉਦੋਂ ਤੋਂ ਹੀ ਜਿਹੜਾ ਵਿਆਜ ਦਰ ਆ ਉਹ 3.8 ਤੋਂ ਘੱਟ ਕੇ 1.69 ਤੇ ਆ ਜਾਣੀ ਆ ਠੀਕ ਹੈ ਜੀ ਇਹ ਵਿੱਚ ਬਹੁਤ ਵਧੀਆ ਫਾਇਦਾ ਆ ਤੇ ਨਾ ਹੀ ਇਹਦੇ ਵਿੱਚ ਜਿਹੜੀ ਵਿਆਜ ਦਰ ਫਿਰ ਵਧਣੀ ਵੀ ਨਹੀਂ ਆ ਜੋ ਮਰਜ਼ੀ ਹੋ ਜੇ ਇਹ ਸਰਕਾਰੀ ਯੋਜਨਾ ਆ ਇਹਦੀ ਵਿਆਜ ਦਰ ਉੱਥੇ ਹੀ ਰਹਿਣੀ ਆ ਠੀਕ ਹੈ ਜੀ ਹੁਣ ਇੱਕ ਵੀਰ ਨੇ ਜਿਹੜੀ ਗੱਲ ਕੀਤੀ ਸੀ ਕਿ ਜਿਹੜਾ ਆਪਾਂ ਬੇ ਉ ਯਾਨੀ ਕਿ ਬੇਰੂਫਸ ਉਨਫੇਸ਼ ਕਾਜ ਫਜ਼ਿਸ਼ਰੂੰਗ ਬਾਰੇ ਗੱਲ ਕਰ ਰਹੇ ਸੀ ਉਹਦੇ ਵਿੱਚ ਵੀ ਜੇ ਆਪਾਂ ਬੌਸ ਪਾਫ ਇਤਰਾ ਕਰਨੇ ਆ ਇਹਦੇ ਚ ਸਾਨੂੰ ਇੱਕ ਹੋਰ ਵਧੀਆ ਆਪਸ਼ਨ ਮਿਲਦਾ ਆ ਮੰਨ ਲਓ ਕਿ ਜੇ ਹੁਣ ਮੇਰੀ 40 ਸਾਲ ਏਜ ਆ ਠੀਕ ਆ ਜੀ ਮੈਂ ਰੂਫਸ ਉਨ ਫੇਸ਼ ਕਾ ਜ ਫਿਜ਼ੀਸ਼ਨ ਕੋਲ ਜਾਣ ਆਇਆ ਠੀਕ ਆ ਜੀ ਤੇ ਹੋ ਸਕਦਾ ਆ ਏਜ ਤੇ ਡਿਪੈਂਡ ਕਰਦਾ ਆ ਬਾਕੀ ਉਹ ਚੈੱਕ ਅਪ ਕਰਕੇ ਤੇ ਹੋ ਸਕਦਾ ਹੈ 150 ਜਾਂ 200 250 ਯੂਰੋ ਤੱਕ ਮੰਥਲੀ ਮੈਨੂੰ ਉਹ ਇੰਸ਼ੋਰੈਂਸ ਦਾ ਹੀ ਪੇ ਕਰਨਾ ਪੈ ਸਕਦਾ ਆ ਠੀਕ ਆ ਜੀ ਇਹਦੇ ਵਿੱਚ ਕੀ ਹੁੰਦਾ ਕਿ ਜੇ ਸਾਡੇ ਕੋਲ 40% ਰਕਮ ਪਹਿਲੇ ਦਿਨ ਹੈਗੀ ਆ ਤੇ ਫਿਰ ਇਹਨਾਂ ਨੇ ਸਾਨੂੰ ਜਿਹੜਾ ਪਿਛਲੀ 60% ਰਕਮ ਦੇ ਲਈ ਇੱਕ ਸਰਕਾਰੀ ਇੰਸ਼ੋਰੈਂਸ ਕਰਦਣੀ ਆ ਜਿਹੜੀ ਕਿ ਮੰਥਲੀ ਕੋਈ 10-12 ਯੂਰੋ ਹੀ ਸਾਡੇ ਕੋਲ ਲੈਣਗੇ ਤੇ ਉਹ ਬਾਕੀ ਦਾ 60% ਰਕਮ ਉਹ ਕਵਰ ਕਰ ਦਿਆ ਜੇ ਸਾਡੇ ਕੋਲ 40% ਰਕਮ ਨਹੀਂ ਹੈਗੀ ਠੀਕ ਹੈ ਜੀ ਆਪਾਂ 100 ਦੀ 100% ਹੀ ਫਾਈਨੈਂਸ਼ੀਅਲ ਰੰਗ ਲੈ ਰਹੇ ਆ ਪੂਰਾ ਦਾ ਪੂਰਾ ਹੀ ਕ੍ਰੈਡਿਟ ਲੈ ਰਹੇ ਆ ਨੇਮਨ ਕੁਐਸਚਨ ਸਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਇਹ ਮੈਂ ਫੇਰ ਦੁਬਾਰਾ ਕਹਿ ਰਿਹਾ ਨੇਮਨ ਕੁਐਸਚਨ ਕੀ ਹੁੰਦੀਆਂ ਨੇ ਜਿਹਦੇ ਵਿੱਚ ਗਰੂਨ ਐਵੇਬਲ ਸਟੋਇਆ ਹੁੰਦਾ ਹੈ ਜਿਹਦੇ ਵਿੱਚ ਨੋਟਾ ਕੁਐਸਚਨ ਹੁੰਦੀਆਂ ਨੇ ਵਗੈਰਾ ਵਗੈਰਾ ਹਨਾ ਨਾ ਕਰਾਂ ਦੇ ਜਿਹੜੇ ਪੈਸੇ ਹੁੰਦੇ ਨੇ ਉਹ ਸਾਡੇ ਕੋਲ ਹੋਣੇ ਚਾਹੀਦੇ ਨੇ ਬਾਕੀ ਘਰ ਜਿੰਨੇ ਦਾ ਹੈਗਾ ਟੋਟਲ ਆਪਾਂ ਜਿਹੜਾ ਆ 100 ਦਾ 100% ਇਹਨਾਂ ਕੋਲੋਂ ਲੋਨ ਲੈ ਸਕਦੇ ਆ ਠੀਕ ਹੈ ਜੀ ਉਹਦੇ ਵਿੱਚ ਕੀ ਹੋਣਾ ਹੈ ਕਿ ਜਿਹੜ ਉਹ ਇਨਸ਼ੋਰਸ ਨਹੀਂ ਇਨ ਕਵਰ ਕਰਨੀ ਉਹਦੇ ਵਾਸਤੇ ਆਪਾਂ ਨੂੰ ਜਿਹੜਾ ਨਾਰਮਲ ਪ੍ਰਾਈਵੇਟ ਇੱਕ ਬੀਯੂ ਲੈਣੀ ਪੈਣੀ ਆ ਬੀਰੂਫਸਨ ਫੈਸ਼ ਕਟ ਫਿਜ਼ਿਸ਼ਰੋਂ ਠੀਕ ਹੈ ਜੀ ਤਾਂ ਜੋ ਰੱਬ ਨਾ ਕਰੇ ਸਾਨੂੰ ਕੋਈ ਹਬੀ ਨਾ ਵੀ ਹੋ ਜਾਵੇ ਤੇ ਉਹ ਫਿਰ ਉਹ ਕਵਰ ਕਰੇਗੀ ਪਰ ਆਪਾਂ ਨੂੰ ساری ਉਮਰ ਲੈਣ ਦੀ ਲੋੜ ਨਹੀਂ ਜਿੰਉਂ ਤੱਕ ਆਪਾਂ 40% ਦਾ ਕੰਪੇਨ ਨਹੀਂ ਕਰਦੇ ਉਦੋਂ ਤੱਕ ਆਪਾਂ ਉਹ ਪੇ ਕਰ ਸਕਦੇ ਆ ਤੇ ਉਸ ਤੋਂ ਬਾਅਦ ਚ ਫਿਰ ਆਪਾਂ ਜਿਹੜੀ ਇਹਨਾਂ ਦੀ ਇਨਸ਼ੋਰੈਂਸ ਲਈ ਹੋਣੀ ਆ ਠੀਕ ਹੈ ਜੀ ਉਹ ਵੀ ਆਪਾਂ ਪਹਿਲੇ ਦਿਨ ਤੋਂ ਲੈ ਸਕਦੇ ਆ ਉਹ ਬਹੁਤ ਸਸਤੀ ਪੈਂਦੀ ਆ ਇਹ 8 10 ਜਾਂ 12 ਯੂਰੋ ਮੈਕਸਿਮਮ ਲੈਂਦੇ ਆ ਠੀਕ ਆ ਜੀ ਤੇ 60% ਰਕਮ ਤੁਹਾਡੀ ਜਿਹੜੀ ਆ ਉਹ ਪੇ ਕਰਦੀ ਆ ਠੀਕ ਆ ਜੀ ਰੱਬ ਨਾ ਕਰੇ ਤੁਹਾਡੇ ਨਾਲ ਕੋਈ ਹਬੀ ਨਬੀ ਹੋ ਜਾਵੇ ਸੋ ਇਹਨਾਂ ਦੀ ਇੰਸ਼ੋਰੈਂਸ ਵੀ ਬਹੁਤ ਸਸਤੀ ਪੈਂਦੀ ਆ ਠੀਕ ਆ ਜੀ ਦੂਜੀ ਇੰਸ਼ੋਰੈਂਸ ਨਾਲੋਂ ਪਰ ਜੇ ਸਾਡੇ ਕੋਲ 40% ਰਕਮ ਹੈਗੀ ਆ ਤਾਂ ਫੇਰ ਤਾਂ ਆਪਾਂ ਪਹਿਲੇ ਦਿਨ ਤੁਸੀਂ ਦੇ ਵੰਤ ਤੁਸੀਂ ਉਹ ਕਰ ਸਕਦੇ ਆ ਜੇ ਸਾਡੇ ਕੋਲ 40% ਰਕਮ ਨਹੀਂ ਹੈਗੀ ਪੂਰੀ ਦੀ ਪੂਰੀ ਆਪਾਂ ਫਾਈਨਾਂਸੇ ਰੂਮ ਲਈ ਹੋਈ ਆ ਤੇ ਫਿਰ ਆਪਾਂ ਨੂੰ ਪਹਿਲੇ 40% ਤੱਕ ਜਦੋਂ ਤੱਕ ਆਪਾਂ ਪੇ ਨਹੀਂ ਕਰਦੇ 5 ਸਾਲ 7 ਸਾਲ 10 ਸਾਲ ਜਦੋਂ ਤੱਕ ਵੀ ਹਨਾ ਆਪਾਂ ਜਿੱਦਾਂ ਕਿ ਕਿਹਾ ਕਿ ਹਟਿਆ ਕਿ ਆਪਾਂ ਤੁਹਾਨੂੰ ਪਤਾ ਹੈ ਕਿ ਭੈਣ ਭਰਾ ਥੋੜਾ ਹੱਥ ਕੁੱਟ ਕੇ ਚੱਲੀਏ ਸੇਵਿੰਗ ਕਰੀਏ ਸਾਲ ਦੇ ਵਿੱਚ ਸਾਲ ਦੇ ਐਂਡ ਤੇ ਕੋਈ 10000 ਹੋਰ ਜਾ ਕੇ ਨਾਲ ਜਾਵਾਂ ਕਰਾਤਾ ਤੇ ਹੋ ਸਕਦਾ ਹੈ ਕਿ 10 ਸਾਲ ਦੀ ਬਜਾਇਆ ਆਪਾਂ ਉਹ 7 ਸਾਲਾਂ ਦੇ ਵਿੱਚ ਪੇ ਕਰ ਦਈਏ ਬਾਕੀ ਪਰਮਾਤਮਾ ਦੇ ਹੱਥ ਆ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਦਸਾਂ ਨਵਾਂ ਦੀ ਕਿਰਤ ਕਮਾਈ ਵਿੱਚ ਵਾਧੇ ਬਖਸ਼ੇ ਤਾਂ ਜੋ ਜੇ ਕਿਸੇ ਭੈਣ ਭਰਾ ਨੇ ਕਰਡਿਟ ਲਿਆ ਉਹ ਜਲਦੀ ਨਾਲ ਉਹ ਪੇ ਵੀ ਕਰ ਸਕੇ ਠੀਕ ਹੈ ਜੀ ਬਾਕੀ ਹੁਣ ਰਹੀ ਗੱਲ ਕਿ ਜੇ ਮੰਨ ਲਓ ਆਪਾਂ ਘਰ ਵੀ ਨਹੀਂ ਲੈ ਸਕਦੇ ਤੇ ਪ੍ਰੋਬਲਮ ਆ ਗਈ ਕਿਸੇ وجہ ਕਰਕੇ ਤੇ ਹੁਣ ਜਿਹੜਾ ਆਪਾਂ ਫਲੈਕਸੀਬਲ ਫਿਤਰਾ ਖੁਲਾਇਆ ਹੋਇਆ ਆ ਆਪਣੀ ਵਾਈਫ ਦੇ ਨਾਂ ਤੇ ਜਾਂ ਉਮਕੇ ਘਰ ਤਾਂ ਆਪਾਂ ਲਈਏ ਕਿ ਮੈਂ ਆਪਣੇ ਨਾਂ ਤੇ ਫਲੈਕਸੀਬਲ ਖੁਲਾਇਆ ਹੋਇਆ ਤੇ ਆਪਣੀ ਵਾਈਫ ਦੇ ਨਾਂ ਤੇ ਨਾਰਮਲ ਜਿਹੜਾ ਕਿ ਜਿਹਦੇ ਵਿੱਚ ਸੂਲ ਆ ਗਿਆ ਆ ਰਹੀਆਂ ਬੱਚਿਆਂ ਦੀਆਂ ਵਗੈਰਾ ਜਿਹੜਾ ਫਲੈਕਸੀਬਲ ਆ ਉਹਦੇ 'ਚ ਆਪਾਂ ਜ਼ਿਆਦਾ ਪੈਸੇ ਜਮ੍ਹਾਂ ਕਰਾ ਸਕਦੇ ਹਾਂ ਕਿਉਂਕਿ ਉਹ ਆਪਾਂ ਜਦੋਂ ਚਾਹੀਏ ਉਹਨਾਂ ਨੂੰ ਜਾ ਕੇ ਕਹਿ ਸਕਦੇ ਹਾਂ ਕਿ ਮੈਂ ਆਪਣੇ ਪੈਸੇ ਮੈਨੂੰ ਚਾਹੀਦੇ ਨੇ ਮੈਂ ਦੇਸ਼ ਛੱਡ ਕੇ ਜਾ ਰਿਹਾ ਹਾਂ ਜਾਂ ਮੈਨੂੰ ਲੋੜ ਪੈ ਗਈ ਜਾਂ ਮੈਂ ਕੋਈ ਬਿਜ਼ਨਸ ਖੋਲਿਆ ਤੇ ਉਹ 'ਚ ਘਾਟਾ ਪੈ ਗਿਆ ਮੈਂ ਸ਼ੂਲਡਨ ਬਿਗਲੈਸ਼ ਕਰਨੀ ਐ ਜਾਂ ਕਿਸੇ ਵਾਸਤੇ ਵੀ ਜਿਹੜਾ ਫਲੈਕਸੀਬਲ ਬੌਸ ਪਾਫ ਤਰ੍ਹਾਂ ਆਪਾਂ ਖੁਲਾਇਆ ਆ ਉਹ ਆਪਾਂ ਪੈਸੇ ਵਾਪਸ ਲੈ ਸਕਦੇ ਆ ਉਹਦੇ ਤੇ 2-3 ਮਹੀਨੇ ਦੇ ਵਿੱਚ ਵਿੱਚ ਉਹ ਕਾਰਵਾਈ ਕਰਕੇ ਸਾਨੂੰ ਪੈਸੇ ਸਾਡੇ 0 ਕਾਊਂਟ ਜਿਹੜਾ ਸਾਡਾ ਹੁੰਦਾ ਆ ਉਹਦੇ 'ਚੋਂ ਟਰਾਂਸਫਰ ਕਰ ਤੇ ਜਿਹੜਾ ਦੂਸਰਾ ਹੁੰਦਾ ਆ ਬੌਸ਼ਪਾ ਫਤਰਾਕ ਸਰਕਾਰੀ ਜਿੰਨੂੰ ਆਪਾਂ ਕਹਿੰਦੇ ਜਿਹਦੇ ਵਿੱਚ ਸਟਾਰਟ ਲਈ ਸੂਲ ਆਗਾ ਆਂਦੀਆਂ ਨੇ ਉਹ ਤਾਂ ਪੈਸੇ ਉਹ ਵੀ ਵਾਪਸ ਜਾਂਦੇ ਨੇ ਪਰ ਉਹਦੇ ਵਿੱਚ ਥੋੜਾ ਜਿਹਾ ਸਮਾਂ ਜ਼ਿਆਦਾ ਲੱਗ ਜਾਂਦਾ ਹੈ ਕਿਉਂਕਿ ਉਹਨਾਂ ਨੇ ਫੇਰ ਸਾਰਾ ਕੁਝ ਰੈਸ਼ਨਲ ਕਰਨਾ ਹੁੰਦਾ ਹੈ ਕਿ ਸਰਕਾਰ ਨੇ ਇਹ ਵੇਖਣਾ ਹੁੰਦਾ ਹੈ ਕਿ ਆਪਾਂ ਜਿਹੜੇ ਤੁਹਾਨੂੰ ਬੱਚਿਆਂ ਕਰਕੇ ਪੈਸੇ ਦਿੱਤੇ ਸੀ ਜਾਂ ਤੁਹਾਡੇ ਕਰਕੇ ਦਿੱਤੇ ਸੀ ਆਪਾਂ ਇਹ ਸੋਚ ਕੇ ਦਿੱਤੇ ਸੀ ਕਿ ਤੁਸੀਂ ਆਪਣਾ ਘਰ ਬਣਾਓਗੇ ਤਾਂ ਜੋ ਬੁਢਾਪੇ ਦੇ ਵਿੱਚ ਸਰਕਾਰ ਦੇ ਸਿਰ ਤੇ ਇਹ ਜ਼ਿੰਮੇਵਾਰੀ ਨਹੀਂ ਹੋਏਗੀ ਕਿ ਤੁਸੀਂ ਜਿੱਥੇ ਰਹਿ ਰਹੇ ਹੋ ਇਹ ਉਹਦਾ ਆਪਾਂ ਕਿਰਾਇਆ ਦੇਣਾ ਹੈ ਠੀਕ ਹੈ ਜੀ ਇਸ ਕਰਕੇ ਆਪਾਂ ਕਿਹਾ ਸੀ ਕਿ ਤੁਸੀਂ ਆਪਣਾ ਤੇ ਤੁਸੀਂ ਘਰ ਨਹੀਂ ਲੈ ਰਹੇ ਤੇ ਇਸ ਕਰਕੇ ਉਹਨਾਂ ਦੇ ਜਿਹੜੀਆਂ ਸਟਾਰਟ ਲਿਸ ਸੂਲ ਆ ਕੇ ਦਿੱਤੀਆਂ ਹੁੰਦੀਆਂ ਨੇ ਫਿਰ ਉਹ ਆਪ ਸੀਨ ਕਰਦੇ ਨੇ ਉਹ ਤੇ ਟਾਈਮ ਜ਼ਿਆਦਾ ਲੱਗ ਜਾਂਦਾ ਮੇਲ ਤਾਂ ਉਹ ਵੀ ਜਾਂਦੇ ਆ ਪਰ ਉਹ ਚ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਤੇ ਉਹ ਪੈਸੇ ਜੇ ਆਪਾਂ ਜਮ੍ਹਾਂ ਕੀਤੇ ਨੇ ਜਿੰਨੇ ਵੀ ਉੱਚ ਹੋਏ ਨੇ ਆਪਾਂ ਉਚਾਈਏ ਤੇ ਆਪਾਂ ਆਪਣੀ ਪੈਨਸ਼ਨ ਦੇ ਵਿੱਚ ਵੀ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ ਠੀਕ ਹੈ ਜੀ ਸੋ ਬਾਕੀ ਹੋਰ ਵੀ ਕੋਸ਼ ਕੁੰਡੀਆਂ ਹੁੰਦੀਆਂ ਨੇ ਕੋਸ਼ਿਸ਼ ਕਰਾਂਗਾ ਅੱਜ ਵੀਡੀਓ ਕਾਫੀ ਲੰਮੀ ਹੋ ਗਈ ਆ ਅਗਲੀ ਵੀਡੀਓ ਵਿੱਚ ਕਲੀਅਰ ਕਰਨ ਦੀ ਠੀਕ ਹੈ ਜੀ ਬਾਕੀ ਜੇ ਕਿਸੇ ਭੈਣ ਭਰਾ ਦਾ ਕੋਈ ਕਮੈਂਟ ਹੋਵੇ ਕੋਈ ਗੱਲਬਾਤ ਮੈਂ ਗਲਤ ਤਰੀਕੇ ਨਾਲ ਬੋਲ ਗਿਆ ਹੋਵਾਂ ਜਾਂ ਕੋਈ ਤੁਹਾਨੂੰ ਨਾ ਸਮਝਾਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਮੈਂ ਤਾਂ ਜਵਾਬ ਦੇ ਦਿਆਂਗਾ ਬਾਕੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਫੋਲੋ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਇਹ ਵੀਡੀਓ ਜ ਗੁਸਤਾਖੀ ਹੋ ਜਾਂਦੀ ਹੈ ਜਾਣੇ ਜਣਵੀ ਤਰਦਲਾਲ ਸਿੰਘ ਨੂੰ 2004 ਤੋਂ ਮਾਫੀ ਚਾਹੁੰਦਾ ਸਸੂਆ ਕਾਲ ਕਰਨ ਤੇ ਜੋਂਦੇ ਵਸਤੇ ਰੋ